ਸਵੱਛ ਭਾਰਤ ਮਿਸ਼ਨ ਦਾ ਸੁਪਨਾ ਵੇਖਣ ਵਾਲੇ ਅਤੇ ਦਾਅਵਾ ਕਰਨ ਵਾਲੇ ਸਿਰਫ ਫੋਕੀਆਂ ਗੱਲਾਂ ਤੱਕ ਹੀ ਸੀਮਤ ਹਨ। ਅੰਮ੍ਰਿਤਸਰ ਮਹਿਤਾ ਰੋਡ ਤੇ ਪੈਂਦੇ ਉਦਯੋਗਿਕ ਫੋਕਲ ਪੁਆਇੰਟ ਤੇ ਗੰਦਗੀ ਦੇ ਢੇਰ ਅਤੇ ਗੰਦੇ ਪਾਣੀ ਦੀ ਨਿਕਾਸੀ ਨੇ ਸਵੱਛ ਭਾਰਤ ਮੁਹਿੰਮ ਤੇ ਸਵਾਲੀਆ ਚਿੰਨ੍ਹ ਲਾ ਦਿੱਤੇ ਨੇ। ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਇਸ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਦੱਸ ਦਈਏ ਕਿ ਇਹ ਹਲਕਾ ਖੁਦ ਲੋਕਲ ਬਾਡੀ ਮਿਨਿਸਟਰ ਨਵਜੋਤ ਸਿੰਘ ਸਿੱਧੂ ਦਾ ਹੈ, ਜੋ ਕਿ ਆਪਣੀ ਹਾਲਤ ਤੋਂ ਦਰਸਾ ਰਿਹਾ ਕਿ ਇਸ ਵਿਧਾਨ ਸਭਾ ਹਲਕੇ 'ਚ ਕਿੰਨਾ ਕੁ ਵਿਕਾਸ ਹੋਇਆ ਹੈ। ਉਦਯੋਗਿਕ ਫੋਕਲ ਪੁਆਇੰਟ ਪੰਜਾਬ ਲਘੂ ਉਦਯੋਗ ਅਤੇ ਨਗਰ ਨਿਗਮ ਲਿਮਿਟਿਡ ਉਦਯੋਗ ਭਵਨ ਚੰਡੀਗੜ੍ਹ ਵੱਲੋਂ 2001 'ਚ ਸਥਾਪਿਤ ਕੀਤਾ ਗਿਆ ਸੀ। ਇਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਫੈਕਟਰੀਆਂ ਚੱਲ ਰਹੀਆਂ ਹਨ, ਜਿਸ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਮਜ਼ਦੂਰ ਕੰਮ ਕਰ ਰਹੇ ਨੇ। ਇਸ ਗੰਦਗੀ ਅਤੇ ਗੰਦੇ ਪਾਣੀ ਦੀ ਨਿਕਾਸੀ ਕਰਕੇ ਮਜ਼ਦੂਰ ਡੇਂਗੂ ਅਤੇ ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਬਣ ਰਹੇ ਨੇ। ਇਸ ਬਾਰੇ ਗੱਲ ਕਰਦਿਆਂ ਫੈਕਟਰੀ ਮਾਲਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਉਦਯੋਗ ਨੂੰ ਪ੍ਰਫੁੱਲਤ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਉਦਯੋਗਿਕ ਫੋਕਲ ਪੁਆਇੰਟ ਅਕਸਰ ਹੀ ਅਣਗੌਲੇ ਕੀਤੇ ਜਾਂਦੇ ਨੇ। ਉਹਨਾਂ ਦੀ ਹਾਲਤ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ। ਭਾਈ, ਇਹ ਨਿਊ ਫੋਕਲ ਪੁਆਇੰਟ ਦੇ ਵਿੱਚ ਗੌਰਮੈਂਟ ਨੇ ਜਿਹੜੀ ਸਾਨੂੰ ਇੰਡਸਟਰੀ ਲਾ ਕੇ ਦਿੱਤੀ ਆ, ਤੁਸੀਂ ਵੇਖੋ ਇਹ ਵੁੱਡਮੈਕ ਇੰਡਸਟਰੀ, ਅਸੀਂ ਇੱਥੇ ਸਾਰੀ ਇੰਡਸਟਰੀ ਸਾਰੇ ਹੀ ਦੁਖੀ ਆ। ਸਾਰਿਆਂ ਦੇ ਪਾਣੀ ਬਾਹਰ ਆਉਂਦੇ ਪਏ, ਸੀਵਰੇਜ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ। 2 ਸਾਲ ਤੋਂ ਅਸੀਂ ਕੰਪਲੇਂਟਾਂ ਕਰਦੇ ਪਏ ਹਾਂ, 20 ਵਾਰੀ ਕੰਪਲੇਂਟ ਲਿਖ ਕੇ ਆ ਗਏ, ਕੋਈ ਬੰਦਾ ਨਹੀਂ ਆਉਂਦਾ, ਕੋਈ ਸੁਣਵਾਈ ਨਹੀਂ ਹੈਗੀ। ਕੰਪਲੇਂਟ ਸਾਰੇ ਸੰਬੰਧਿਤ ਅਧਿਕਾਰੀਆਂ ਨੂੰ, ਸਾਰੇ ਡਿਪਾਰਟਮੈਂਟ ਜਿਹੜੇ ਫੋਕਲ ਪੁਆਇੰਟ ਜਿਨ੍ਹਾਂ ਨੇ ਕੱਟ ਕੇ ਦਿੱਤਾ ਗੌਰਮੈਂਟ ਨੂੰ ਚੰਡੀਗੜ੍ਹ, ਉੱਥੇ ਆਪਾਂ ਉਦਯੋਗ ਦਫ਼ਤਰ ਦੇ ਵਿੱਚ ਉੱਥੇ ਦੇ ਕੇ ਆਏ ਹਾਂ, ਉੱਥੇ ਸਾਰੀਆਂ ਆਪਾਂ ਮੇਲਾਂ ਭੇਜਦੇ ਪਏ ਹਾਂ, ਕੋਈ ਵੀ ਸਾਡੀ ਸੁਣਵਾਈ ਨਹੀਂ ਹੁੰਦੀ। ਸੀਵਰੇਜ ਸਾਰੇ ਇੱਥੇ ਪਏ ਆ, ਪਰ ਸੀਵਰੇਜ ਦਾ ਤੁਸੀਂ ਵੇਖੋ ਕੋਈ ਨਿਕਾਸੀ ਨਹੀਂ। ਖਾਲੀ ਪਲਾਟਾਂ 'ਚ ਪਾਣੀ ਕੱਢਿਆ ਜਾਂਦਾ, ਜਿਹੜੀਆਂ ਸਾਨੂੰ 4 ਪਾਰਕਾਂ ਦਿੱਤੀਆਂ ਵਾ ਇਹਨਾਂ ਨੇ ਬਣਾ ਕੇ, ਸਾਰੀਆਂ ਪਾਰਕਾਂ ਪਾਣੀ ਨਾਲ ਭਰੀਆਂ ਵਾ, ਉਹਦੇ ਵਿੱਚ ਕੋਈ ਬੂਟਾ ਨਹੀਂ ਲੱਗ ਸਕਦਾ। ਬੋ ਇੰਨੀ ਆਉਂਦੀ ਆ, ਲੋਕ ਇੱਥੇ ਸਾਡੇ ਵੜਦੇ ਨਹੀਂ, ਖੁਸ਼ ਨਹੀਂ, ਸਾਨੂੰ ਕਾਰੀਗਰ ਨਹੀਂ ਮਿਲਦੇ ਕੰਮ ਵਾਲੇ। ਇਹ ਜਿਹੜਾ ਪਾਣੀ ਸਾਰੀਆਂ ਫੈਕਟਰੀਆਂ ਦਾ ਜਿਹੜਾ ਨਿਕਾਸੀ ਆ ਸੀਵਰ ਦਾ, ਗੰਦਾ ਪਾਣੀ, ਕਾਲਾ ਪਾਣੀ, ਉਹੋ ਹੀ ਪਾਣੀ ਸਾਰਾ ਇਹ ਸੜਕਾਂ 'ਤੇ ਘੁੰਮਦਾ ਪਿਆ, ਉਹੋ ਹੀ ਪਾਣੀ ਸਾਰਾ ਪਲਾਟਾਂ 'ਚ ਘੁੰਮਦਾ ਪਿਆ। ਕੋਈ ਜਿਹਨੇ ਪੰਪ ਲਾਏ ਇਹਨਾਂ ਨੇ ਪਾਣੀ ਕੱਢਣ ਵਾਸਤੇ, ਕਿਉਂਕਿ ਸੀਵਰ ਹੀ ਨਹੀਂ ਐਵੇਂ ਪਾਤੇ, ਅੱਗੇ ਕੋਈ ਨਿਕਾਸੀ ਨਹੀਂ ਹੈਗੀ, ਉਹਦੇ ਵਾਸਤੇ ਪੰਪ ਲਾਏ, ਉਹ ਪੰਪ ਸਾਰੇ ਖਰਾਬ ਪਏ ਹੋਏ ਆ, ਕੋਈ ਪੰਪ ਨਹੀਂ ਠੀਕ ਕਰਦਾ, ਕੋਈ ਪੰਪ ਦੇ ਜਨਰੇਟਰ ਵਿੱਚ ਤੇਲ ਨਹੀਂ ਪਾਉਂਦਾ, ਕਦੀ ਉਹ ਬਿਜਲੀ ਤੋਂ ਮੋਟਰ ਸੜੀ ਹੋਈ ਆ, ਚੱਲਦਾ ਨਹੀਂ ਪੰਪ, ਅਤੇ ਅਸੀਂ ਕੀ ਕਰੀਏ। ਸਾਡੇ ਪੰਪ ਤੁਸੀਂ ਪਿੱਛੇ ਵੇਖ ਸਕਦੇ ਜੇ, ਸਾਰੇ ਪੰਪ ਬੰਦ ਪਏ ਹੋਏ ਆ। ਪ੍ਰਸ਼ਾਸਨ ਨੂੰ ਮਿਲੇ ਇਸ ਨੂੰ ਲੈ ਜਿਓ, ਪ੍ਰਸ਼ਾਸਨ ਨੂੰ ਸਾਰੇ ਜੇਈ ਸਾਹਿਬ ਨੂੰ ਇੱਥੇ ਮਿਲ ਕੇ ਆਏ, ਉਹਨਾਂ ਨੂੰ ਰੋਜ਼ ਕੰਪਲੇਂਟ ਲਿਖ ਕੇ ਆਉਂਦੇ, ਉਹਨਾਂ ਦੇ ਰਜਿਸਟਰ ਵਿੱਚ ਆਪਾਂ ਲਿਖ ਕੇ ਆਉਂਦੇ, ਨੰਬਰ ਦੇਖ ਲਓ ਤੁਸੀਂ, ਉਹ ਕੋਈ ਸਾਡੀ ਸੁਣਵਾਈ ਨਹੀਂ ਹੈਗੀ। ਬੰਦਾ ਆਉਂਦਾ ਹੈ, ਵੇਖ ਕੇ ਚੱਲ ਜਾਂਦਾ ਵਾ, ਕਹਿੰਦੇ ਜੀ ਕਰਦੇ ਕਰਦੇ ਆ, 2 ਸਾਲ ਤੋਂ ਇਹੋ ਹੀ ਸੁਣਦੇ ਆ ਰਹੇ ਹਾਂ। ਅਸੀਂ ਚਾਹੁੰਦੇ ਹਾਂ ਬਸ ਇਹਦਾ ਹੱਲ ਕੀਤਾ ਜਾਵੇ, ਇਹਦਾ ਪਾਣੀ ਜਿਹੜਾ ਵਾ ਨਿਕਾਸੀ ਕੀਤੀ ਜਾਵੇ, ਕਿਸੇ ਪਾਸੇ ਕੋਈ ਸੀਵਰ ਪਾ ਕੇ ਜੁੜਿਆ ਜਾਵੇ, ਅਤੇ ਗੌਰਮੈਂਟ ਜਿਹੜੀ ਆ ਸਾਨੂੰ ਲੇਬਰ ਵੀ ਬਿਮਾਰ ਹੋਈ ਤੁਹਾਡੀ, ਸਾਡੇ ਕਈ ਬੰਦੇ, ਇੱਕ ਬੰਦਾ ਤਾਂ ਜਿਹੜਾ ਵਾ ਉਹ ਡੇਂਗੂ ਤੋਂ, ਸਾਰੇ ਸਾਡੇ ਕੋਲ ਉਹਦੇ ਰਿਪੋਰਟਾਂ ਹੈਗੀਆਂ, ਉਹ 2 ਮਹੀਨੇ ਛੁੱਟੀਆਂ 'ਤੇ ਰਿਹਾ ਵਾ, ਉਹ ਡੇਂਗੂ ਨਾਲ ਘਰ ਪਿਆ ਰਿਹਾ, ਉਹ ਬੜੀ ਮੁਸ਼ਕਲ ਬਚਿਆ, ਅਤੇ 4 ਬੰਦੇ ਹੋਰ ਜਿਹੜੇ ਬਿਮਾਰ ਹੋ ਗਏ ਉਹ ਪਿੰਡ ਚਲੇ ਗਏ, ਉਹਨਾਂ ਨੂੰ ਨਹੀਂ ਪਤਾ ਕਿ ਕੀ ਹੋਇਆ, ਕਿਹੜੀ ਇੱਥੇ ਬਿਮਾਰ ਤਾਂ ਤਕਰੀਬਨ ਹੋਏ ਰਹਿੰਦੇ, ਸਮੈਲ ਇੰਨੀ ਜ਼ਿਆਦਾ ਆਉਂਦੀ ਆ, ਬੰਦੇ ਕੰਮ 'ਤੇ ਨਹੀਂ ਆਉਂਦੇ ਇੱਥੇ। ਨਾਮ ਜੀ ਤੁਹਾਡਾ? ਮੇਰਾ ਨਾਮ ਮੇਜਰ ਸਿੰਘ ਹੈ ਜੀ। ਕਿਹੜੀ ਫੈਕਟਰੀ ਕੰਮ? ਮੈਂ ਵੁੱਡਮੈਕ ਇੰਡਸਟਰੀ 'ਚ। ਕਿੱਥੇ ਹੈ ਫੈਕਟਰੀ? ਨਿਊ ਫੋਕਲ ਪੁਆਇੰਟ ਜੀ। ਕੀ ਪਰੇਸ਼ਾਨੀਆਂ ਆ ਰਹੀਆਂ ਤੁਹਾਨੂੰ ਇੱਥੇ ਜੀ? ਵੇਖੋ ਜੀ, ਇਹ ਤੁਹਾਡੇ ਸਾਹਮਣੇ ਆ ਸਾਰਾ ਕੁਛ, ਵੀ ਆ ਕਿੱਦਾਂ ਪਾਣੀ ਇਕੱਠਾ ਹੋਇਆ ਸਾਰਾ, ਅਤੇ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਪੈ। ਮੈਂ ਖੁਦ 2 ਮਹੀਨੇ ਬਿਮਾਰ ਰਿਹਾ ਵਾਂ, ਮੈਨੂੰ ਡੇਂਗੂ ਹੋ ਗਿਆ ਸੀ, ਉਹ ਪਾਣੀ ਦੀਆਂ ਪਾਈਪਾਂ ਪੂਪਾਂ 'ਚ ਲੀਕ ਆ, ਅਤੇ ਉਹ ਪਾਣੀ ਪੀਣ ਦੇ ਨਾਲ ਮੈਨੂੰ ਇਨਫੈਕਸ਼ਨ ਹੋ ਗਈ ਅੰਦਰ, ਅਤੇ ਉਹਦੇ ਨਾਲ ਮੈਂ ਕਾਫੀ ਬਿਮਾਰ ਰਿਹਾ, 2 ਮਹੀਨੇ ਮੈਂ ਹਸਪਤਾਲ ਰਿਹਾ, ਮੇਰੇ ਮਾਲਕਾਂ ਨੇ ਮੇਰਾ ਖੁਦ ਇਲਾਜ ਕਰਵਾਇਆ ਵਾ। ਹੋਰ ਵੀ ਲੇਬਰ ਨੂੰ ਪ੍ਰੋਬਲਮ ਆ ਰਹੀ? ਹੋਰ ਵੀ ਸਾਡੇ ਕਈ ਬੰਦਿਆਂ ਨੂੰ ਪ੍ਰੋਬਲਮ ਹੈਗੀ ਆ, ਅਤੇ ਉਹ ਕਈ ਬੰਦੇ ਤਾਂ ਸਾਡੇ ਹੁਣ ਛੁੱਟੀ ਕਰਕੇ ਘਰਾਂ ਨੂੰ ਗਏ ਆ, ਹੁਣ ਸਾਡੀ ਫੈਕਟਰੀ ਦੇ ਵਿੱਚ ਮੇਰੇ ਘੱਟੋ ਘੱਟ ਤਾਂ 15 ਬੰਦੇ ਜਿਹੜੇ ਆ ਉਹ ਘਰ ਚਲ ਗਏ ਆ। ਕਾਹਦੇ ਵਾਸਤੇ? ਆ ਬਿਮਾਰੀਆਂ ਦੇ ਕਾਰਨ, ਅਤੇ ਨਵੀਂ ਲੇਬਰ ਇੱਥੇ ਆ ਕੇ ਕੋਈ ਰਾਜੀ ਨਹੀਂ, ਉਹ ਕਹਿੰਦੇ ਜੀ ਇੱਥੇ ਆਈਏ ਕੀ, ਇਸ ਅਸੀਂ ਬਿਮਾਰ ਪੈ ਜਾਣ ਡਿਆ।
ਅਸੀਂ ਚਾਹੁੰਦੇ ਹਾਂ ਕਿ ਆਹ ਜਿਹੜਾ ਗੰਦਗੀ ਪਈ ਆ ਸਾਰੀ, ਇਹਦਾ ਕੋਈ ਹੱਲ ਕੀਤਾ ਜਾਵੇ, ਆਹ ਪਾਣੀ ਜਿਹੜਾ ਇਹਦੀ ਕੋਈ ਨਿਕਾਸੀ ਕੀਤੀ ਜਾਵੇ, ਇਹਨੂੰ ਕੋਈ ਸਹੀ ਢੰਗ ਨਾਲ ਕੋਈ ਕੰਮ ਕੀਤਾ ਜਾਵੇ। ਅਕਸਰ ਹੀ ਸਰਕਾਰਾਂ ਲੋਕ ਹਿੱਤਾਂ ਤੇ ਉਦਯੋਗਾਂ ਦੀ ਖੁਸ਼ਹਾਲੀ ਦੇ ਦਾਅਵੇ ਕਰਦੀਆਂ ਨੇ, ਜਿਵੇਂ ਕਿ ਇਹ ਹਲਕਾ ਲੋਕਲ ਬਾਡੀ ਮਿਨਿਸਟਰ ਦਾ ਆਪਣਾ ਹਲਕਾ ਹੈ, ਪਰ ਮਿਨਿਸਟਰ ਸਾਹਿਬ ਅੱਜ ਕੱਲ ਟਵਿੱਟਰ ਤੇ ਸ਼ੇਰੋ ਸ਼ਾਇਰੀ ਕਰਨ 'ਚ ਮਸ਼ਰੂਫ ਨੇ। ਨਾ ਹੀ ਸਾਬਕਾ ਤੇ ਨਾ ਹੀ ਮੌਜੂਦਾ ਸਰਕਾਰ ਨੇ ਇਸ ਹਲਕੇ ਵੱਲ ਕੋਈ ਧਿਆਨ ਦਿੱਤਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।